ਦੇਖ ਲੈ ਘੰਟਾ ਹੋ ਗਿਆ ਇਹੇ ਜੇ ਬੌਲੇ ਟੋਲੇ ਨਾਲ ਬਾਹ ਪਿਆ ਹੈ ਨਾ ਵੀ ਕੰਮ ਚ ਦਾ ਬਰਕਤ ਨਹੀਂ ਹੈਗੀ ਪੁੱਠੇ ਪੈਰਾਂ ਵਾਲੇ ਦੀ ਚ ਇਹ ਲਿਆ ਦੇ ਚਾ ਹੁਣ ਰਸੋਈ ਚ ਵੜਨੀ ਹੈ ਘੰਟਾ ਹੋ ਗਿਆ ਕਿਸੇ ਬੰਦੇ ਨੇ ਖੇਤ ਵੀ ਜਾਣਾ ਹੁੰਦਾ ਓਥੇ ਮਰੀ ਜਾਂਦੀ ਹੈ ਪੈਰ ਜੇ ਤੇ ਲਹੂ ਪੀਤਾ ਵੀ ਤੂੰ ਦੇਖ ਕੇ ਮੈਂ ਪੈਰਾਂ ਥੱਲੇ ਅੱਗ ਮਚਾਉਂਦਾ ਚਾਹ ਬਣਾਣ ਦਾ ਟਾਈਮ ਲੱਗਦਾ ਹੁੰਦਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈਗਾ ਇਹੇ ਖਾੜਾ ਜੀ ਦੇ ਬਾੜੇ ਨੂੰ ਨਾ ਕੋਈ ਉਹ ਨਹੀਂ ਪਤੀਲਾ ਨਹੀਂ ਬਾੜਨਾ ਹੈਗਾ ਚਾਹ ਦਾ ਇੱਕ ਗਲਾਸੀ ਚਾਹ ਦੀ ਬਣਾਉਣੀ ਸੀ ਉਸਦੇ ਪਾਉਣਾ ਘੰਟਾ ਲਾਤਾ ਉਦੋਂ ਤਾਂ ਤੂੰ ਹੀ ਕਹਿਣਾ ਹੁਣ ਨਾ ਕੱਚੀ ਚਾਹ ਮੱਥੇ ਮਾਰੀ ਫਿਰ ਕਹਿ ਦੇ ਨਾ ਮੈਨੂੰ ਰੜ ਕੇ ਵਿਆ ਕੇ ਦੇ ਕੱਚੀ ਚਾਹ ਮੱਥੇ ਮਾਰੀ ਨਾਲੇ ਹੋ ਆਹੋ ਜੀ ਐਵੇਂ ਮੈਨੂੰ ਤਾਂ ਗੁੱਸਾ ਜੜਾ ਦਿਨਾ ਹੁੰਨੇ ਤੂੰ ਮੈਂ ਤਾਂ ਇੱਕ ਗੱਲ ਕਰਦੀ ਸੀ ਸੱਚ ਤੇਰੇ ਨਾਲ ਭੁੱਲ ਗਈ ਹਾਂ ਚਾਹ ਤਾਂ ਮੈਂ ਨਾ ਤੈਨੂੰ ਸਾਰਾ ਦਿਨ ਜਿੰਨਾ ਜਿੰਨੇ ਵਾਰੀ ਕਹੇਗਾ ਓਨੇ ਵਾਰੀ ਦੇ ਦੂੰ ਲਿਆ ਕੇ ਓ ਹੈਲੋ ਪਰਾਂ ਜੇ ਰਹਿ ਜਦੋਂ ਆਹ ਰਛਣ ਜੇ ਕਰਦੀ ਹੁੰਨੀ ਐ ਨਾ ਤੂੰ ਮੈਨੂੰ ਥੁੱਕ ਲਾ ਕੇ ਜਾਨੀ ਹੁੰਨੀ ਐ। ਓਹੋ ਤੁਸੀਂ ਇਹਨੂੰ ਥੱਕਲਾਉਣਾ ਕਹਿੰਦੇ ਹੋ? ਭਾਈ ਮੇਰੇ ਮਾਪੇ ਨੇ ਤਾਂ ਸਿਖਾਇਆ ਵੀ ਪਤੀ ਪਰਮੇਸ਼ਵਰ ਹੁੰਦਾ। ਪਤੀ ਦਿਨ ਉੱਠਣਸਾਰ ਪੈਰੀ ਹੱਥ ਲਾਉਣੇ ਚਾਹੀਦੇ ਨੇ। ਉਹ ਤਾਂ ਚੱਲ ਮੈਂ ਮੜਾ ਜਿ ਨਹੀਂ ਲਾਉਂਦੀ ਹੈਗੀ ਪਰ ਮੈਂ ਤੁਹਾਨੂੰ ਜੀ ਕਹਿ ਕੇ ਤਾਂ ਬੁਲਾਉਣੀ ਆ। ਜੇ ਤੁਹਾਨੂੰ ਨਹੀਂ ਪਸੰਦ ਮੈਂ ਤੂੰ ਕਹਿ ਲਿਆ ਕਰੂੰਗੀ ਫੇਰ। ਓ ਤੂੰ ਤਾਂ ਮੈਨੂੰ ਤੂੰ ਹੀ ਕਹਿ ਲਿਆ ਕਰ ਜਦੋਂ ਜੀ ਕਹਣੀ ਐ ਮੇਰਾ ਜੀਜਾ ਕੱਚਾ ਹੁੰਦਾ ਤੇਰੇ ਕੋ ਇਹਨਾਂ ਤੋਂ। ਲੈ ਤੁਸੀਂ ਤਾਂ ਐ ਕਰਦੇ ਹੋ ਵੀ ਮੈਂ ਜਿਵੇਂ ਪਤਾ ਨਹੀਂ ਤੁਹਾਨੂੰ ਕੀ ਕਹਿਤਾ ਹੁੰਦਾ। ਮੈਂ ਤਾਂ ਇਹ ਕਹਿੰਦੀ ਸੀ ਬਸ ਥੋੜੀ ਜਿਹੀ ਪੈਸਿਆਂ ਦੀ ਲੋੜ ਸੀ 1500 ਰੁਪਏ ਦੀ ਠੀਕ ਕਰ ਰਹੇ ਨੇ ਚਾਹ ਤਾਂ ਕੋਈ ਗਰਮ ਨਹੀਂ ਮੇਰੇ ਤਾਂ ਕਾਲਜ ਜੇ ਤੇ ਵੱਜੀ ਓਹੋ ਕਰਨੀ ਤਾਂ ਕੀ ਨੇ ਸਾਨੂੰ ਪਤਾ ਤਾਂ ਹੈਗਾ ਆ ਪਿਛਲੀ ਗਰਮੀ ਤੇ ਸੂਟ ਲਏ ਸੀਗੇ ਤੇ ਮੈਂ ਐ ਸੋਚਦੀ ਸੀ ਹੁਣ ਨਾ ਗਰਮੀਆਂ ਲਈ ਸੂਟ ਸਸਤੇ ਵਾਲੇ ਆ ਰਹੇ ਨੇ ਆਪਣੀ ਗਵਰਡਨ ਜਾਊਗੀ ਉਹ ਕਿਹੜੀਆਂ ਹੋ ਆਪਣੀ ਹਾ ਕਰਨਾ ਹੂੰ ਉਹਨੇ ਮੈਨੂੰ ਵੀ ਕਹਤਾ ਆ ਵੀ ਚਲ ਆਪਾਂ ਇਕੱਠਿਆਂ ਵਗ ਜਾਾਂਗੇ ਕਹਿੰਦੀ ਦੋਈ ਜਣੀਆਂ ਬਰੇਟੇ ਤੋਂ ਲਿਆਵਾਂਗੇ ਸੂਟ ਆਪ ਤਾਨੂੰ ਸ਼ਰਮ ਨਹੀਂ ਹੈਗੀ ਇੱਥੇ ਸਾਡੀ ਧੀ ਨੂੰ ਪਿੱਛੇ ਲਾਈ ਫਿਰਦੀ ਐ ਮੇਰੀ ਗੱਲ ਸੁਣ ਲੈ ਇੱਕ ਸਿੱਧੀ ਜੀ ਮੈਂ ਨਾ ਜਿਹੜਾ ਮੇਰੇ ਕੋਲੇ ਕੁੜਤਾ ਪਜਾਮਾ ਤੇਰੇ ਮਾਂ ਤੇਰੇ ਮਾਂ ਪਿਓ ਨੇ ਦਿੱਤਾ ਸੀ ਮੈਨੂੰ ਵਿਆਹ ਵੇਲੇ ਉਸੇ ਨੂੰ ਸਮਿਆ ਕੇ ਆ ਹੁਣ ਦੇਖ ਲੈ 3 ਸਾਲ ਹੋ ਗਏ ਮੈਨੂੰ ਕੱਢਦੇ ਨੂੰ ਤੂੰ 6 ਮਹੀਨੇ ਬਾਅਦ ਕਹਿੰਦੀ ਮੈਨੂੰ ਸੂਟ ਚਾਹੀਦਾ ਤੂੰ ਮੈਨੂੰ ਐਂ ਗੱਲ ਸੁਣ ਬੰਦੇ ਨੂੰ ਕੋਈ ਦੇਖਦਾ ਹੁੰਦਾ ਦੇਖਦੇ ਤਾਂ ਤੀਨੀਆਂ ਨੂੰ ਨਹੀਂ ਅਗਲਾ ਕਹਿੰਦਾ ਵੀ ਉਹਦੀ ਤੀਨੀ ਦੇਖ ਲੈ ਸੁੱਡ ਲੈ ਕਹੀ ਜਿਹੀ ਉਹ ਹੀ ਸੂਟ ਪਾਈ ਫਿਰਦੀ ਐ ਫਿਰ ਤਾਂ ਮੈਂ ਤੈਨੂੰ ਜਮੀ ਨਹੀਂ ਲਿਆ ਕੇ ਦਿੰਦਾ ਮੈਂ ਨਹੀਂ ਇਹ ਗੱਲ ਚਾਹੁੰਦਾ ਵੀ ਮੇਰੀ ਧੀ ਮੈਨੂੰ ਲੋ ਵੇ ਉਹ ਮੈਨੂੰ ਦੇਖਦੇ ਨਹੀਂ ਹਾਂ ਉਹ ਮੈਂ ਥੋੜੀ ਦੇ ਤਾਂ ਵੀ ਗਲਤ ਕੋਚ ਰੱਖਦੇ ਬਾਲੀ ਮੇਰੀ ਗੱਲ ਸੁਣ ਲੈ ਸਿੱਧੀ ਜੀ ਗੱਲ ਹੈ ਮੈਨੂੰ ਤਾਂ ਨਾ ਤੈਨੂੰ ਸੂਟ ਚਾਹੀਦੇ ਨੇ ਬਾਈ ਉਹ ਟਾਈ ਟਾਈ ਸਦੇ ਦਾ ਸੂਟ ਨੇ ਸਾਰੇ ਮੇਰੀ ਗੱਲ ਸੁਣ ਲੈ ਜਿਹੜੇ ਹਿਸਾਬ ਨਾਲ ਆਪਣੇ ਹਾਲਾਤ ਨੇ ਨਾ ਇਸ ਹਿਸਾਬ ਨਾਲ ਨਾ ਤੂੰ 300 ਦਾ ਛੱਡ ਤੂੰ 150 ਵਾਲਾ ਪਾ ਲਿਆ ਕਰ ਉਹ ਵੀ ਠੀਕ ਹੈ ਮੈਂ ਤਾਂ ਤੇਰਾ ਭਲਾ ਚਾਹੁੰਨੀ ਹਾਂ ਹੁਣ ਤਾਂ ਸੂਟ ਸਸਤੇ ਨੇ ਲਵੂੰਗੀ ਤਾਂ ਮੈਂ ਹੈਗੀ ਫੇਰ ਤੇਰੇ ਦੁੱਗਣੇ ਪੈਸੇ ਲੱਗਣਗੇ ਹੁਣ ਤਾਂ ਚੱਲ 1500 ਚ ਸਰਜੂ 1500 ਐ ਥੋੜੀ ਐ ਵੀ ਦਰਸਤ ਤੇ ਲੱਗ ਰੇ ਨੋਟਾ ਇੱਥੇ ਜੇ ਲੱਗ ਰਿਹਾ ਤੜਕੇ ਛੋਟਾ ਮਰੂਦ ਐ 10 ਦਾ ਨੋਟ ਐ ਵੀ ਆਥੜੇ ਵੱਡਾ ਹੋ ਜੂ ਇਹਨੂੰ ਆਥੜੇ ਤੋੜ ਲਓ 500 ਦਾ ਬਣ ਜੂ ਨਾ ਤੂੰ ਮੈਨੂੰ ਐਂ ਦੱਸ ਦੇ ਮੈਨੂੰ ਸਿੱਧੇ ਉਹ ਸੂਟ ਦਵਾਉਣੇ ਨੇ ਜੇ ਨਹੀਂ ਹਰ ਇੱਕ ਵਾਰੀ ਤੂੰ ਕੰਜਰ ਗਲੇਸ਼ ਕਰਕੇ ਫਿਰ ਸੂਟ ਦਵਾਉਣਾ ਹੈ ਮੇਰੇ ਕੋਲੇ ਨਹੀਂ ਹੈਗੇ ਪੈਸੇ ਨਾਲੇ ਪੈਸੇ ਟਾਵਾ ਦੇ ਨਹੀਂ ਲੱਗਦੇ ਹੈਗੇ ਤਾਂ ਕਿਉਂ ਨਹੀਂ ਪੈਸੇ ਬਸ ਆਪਦੇ ਬਾਪ ਮੰਗੂ ਨਾ ਕੱਢਣ ਨੂੰ ਜੀ ਨਹੀਂ ਕਰਦਾ ਇਹ ਲਾ ਉਹ ਕੰਜੂਸੀ 'ਚ ਮਰ ਗਿਆ ਹੁਣ ਤੂੰ ਕੰਜੂਸੀ 'ਚ ਮਰ ਜੀ ਹਿੱਕ ਦੇ ਧਰ ਕੇ ਲੈ ਲਈ ਵੈਸੇ ਨਾ ਮੇਰੀ ਗੱਲ ਸੁਣ ਲੋਕਾਂ ਨੂੰ ਤਾਂ ਬਥੇਰੇ ਪੈਸੇ ਦੇ ਦਿੰਨੇ ਬਿਆਜ ਤੇ ਮੇਰੇ ਵਾਰੀ 1500 ਰੁਪਏ ਨਿਕਲਦੇ ਤੇਰੇ ਕੋਲੋਂ ਇਹ ਤੂੰ ਤਾਂ ਜਿਹੜਾ 1500 ਦੇ ਕੇ ਆਏਂਗੀ ਮੁੜ ਕੇ ਘਰੇ ਨਹੀਂ ਆਉਂਦਾ ਜਿੰਨਾਂ ਨੂੰ ਲੋਕਾਂ ਨੂੰ ਬਿਆਜ ਤੇ ਪੈਸੇ ਦੰਨਾ 4 ਰੁਪਏ ਵੱਧ ਬਣਦੇ ਨੇ ਵੱਧ ਹਾਂ ਕਿੱਥੇ ਰੱਖ ਕੇ ਲੈ ਕੇ ਜਾਏਗਾ ਮਾਰੇ ਮੋٹے ਬੰਦਾ ਖਰਚ ਵੀ ਲਵੇ ਹੁਣ ਮੇਰੀ ਗੱਲ ਸੁਣ ਆਪਣੀ ਘਰੇ ਘਰੇ ਕੋਈ ਹੈਗੇ ਕੱਲੇ ਮੇਰਾ ਖਰਚਾ ਹੁੰਦਾ ਉਹ ਵੀ ਇੱਥੇ ਚੱਕੇ ਨਹੀਂ ਆਂਦਾ ਇਹ ਇਹ ਕੱਲ ਨੂੰ ਜਵਾਕ ਆਏ ਕਹਿਣਗੇ ਵੀ ਸਾਡਾ ਪਿਓ ਮਲੰਗ ਤੀ ਸਾਰੇ ਭੋਏ ਖੋਰ ਗਿਆ ਉਹ ਤਾਂ ਉਹ ਵੀ ਤੈਨੂੰ ਮਲੰਗੇ ਕਹਿਣਗੇ ਮਲੰਗ ਕਹਿਣਗੇ ਨਾਲੇ ਹੋਰ ਜਿਵੇਂ ਤੇਰੇ ਬਾਪ ਨੂੰ ਕਹਿੰਦੇ ਨੇ ਮੈਨੂੰ ਐਂ ਦੱਸ ਦੇ ਤੂੰ ਚੰਗੇ ਬਲੇ ਮੈਨੂੰ ਪੈਸੇ ਦੇਣੇ ਨੇ ਜਾਂ ਨਹੀਂ ਦੇਣੇ ਹੈ ਤੂੰ ਕਮਾ ਕੇ ਲਿਆਉਣੀ ਹੈ ਹੈ ਨੂੰ ਕਮਾਉਣੀ ਹੈ ਤੂੰ ਵੀ ਤੈਨੂੰ ਤਾਂ ਪੈਸੇ ਦੇਵਾਂ ਨਾਲੇ ਤੂੰ ਪਿੰਦੇ ਝੱਟੇ ਮੇਰੇ ਪਿਓ ਤੇ ਕਿਵੇਂ ਚੜ ਜੰਦੀ ਐ ਐਸੇ ਗੱਲ ਪਿੱਛੇ ਕਦੇ ਜਾਬਾਂ ਤੇ ਖਾ ਲੇਂਗੀ ਤੂੰ ਨਾ ਕਮਾਉ ਨੂੰ ਕਹਿੰਦਾ ਤੇਰੀ ਮਾਂ ਕਮਾਉਂਦੀ ਸੀ ਮੈਨੂੰ ਇਹ ਦੱਸ ਚੱਲ ਠੀਕ ਐ ਹੁਣ ਜੇ ਕਮਾਉਣ ਵਾਲੀ ਗੱਲ ਕਰ ਲਈ ਨਾ ਮੇਰੀ ਵੀ ਐੜੀ ਐ ਤੇਰੇ ਨਾਲ ਦੁੱਗਣੇ ਕਮਾਉਂਗੀ ਨਾਲੇ ਤੂੰ ਹੀ ਪੈਰੀ ਹੱਥ ਲਾ ਕੇ ਮੰਗਿਆ ਕਰੇਗਾ ਵਿਪਰੀਤ ਮੈਨੂੰ 1500 ਦੇ ਦੇ 2000 ਦੇ ਦੇ ਤੇਰੇ ਪੈਰੀ ਹੱਥ ਲਾਉਣ ਨਾਲੋਂ ਤਾਂ ਨਾ ਮੈਂ ਕਿਸੇ ਖੂ ਖਾਤੇ 'ਚ ਨਾ ਨੱਕ ਡੋਬੋ ਕੇ ਮਰ ਜੂੰਗਾ ਹਾਂ ਲਾ ਦੇ ਦੇ ਪੈਰੀਆਂ ਹੱਥ ਬੇਬੇ ਦੇ ਕੋਈ ਨਾ ਮੈਂ ਵੀ ਦਿਖਾਉਂਗੀ ਤੈਨੂੰ ਕਮਾ ਕੇ ਤੇਰੇ ਨਾਲ ਤਾਂ ਦੋ ਜਮਾਤਾਂ ਵੱਧੇ ਬੜੀਆਂ ਇਹ ਬਗ ਜਾ ਬਗ ਜਾ ਦਿਮਾਗ ਨਾ ਖਾਇ ਕਰ ਤੜਕੀ ਚਾਹ ਦਾ ਗਲਾਸ ਦੇ ਤਾਂ ਦਿੰਦੀ ਐ ਪੁੱਠਾ ਕੱਢਣ ਵਾਲਾ ਕਰ ਲੈਂਦੀ ਐ ਮੇਰੇ ਸਾਲੇ ਦੀ ਨੇ ਕਿੱਥੇ ਤੜਕੀ ਤੜਕੀ ਮੂਡ ਖਰਾਬ ਕਰੇ ਚਾਹ ਪੀਣ ਨੂੰ ਵੀ ਜੀ ਨਹੀਂ ਕਰਦਾ ਖੇਤੇ ਬਗ ਜਾਂਦੇ ਆ ਮੂੰ ਮੈਂ ਕੰਜਰ ਨੂੰ ਕਹਿ ਤਾਂ ਦਿੱਤਾ ਵੀ ਤੇਰੇ ਨਾਲ ਜ਼ਿਆਦਾ ਪੈਸੇ ਕਮਾਉਂਗੀ ਪਰ ਮੈਨੂੰ ਤਾਂ ਕੁਛ ਆਉਂਦਾ ਵੀ ਨਹੀਂ ਪੈਸੇ ਕਿੱਥੋਂ ਕਮਾਉਂਗੀ ਮੈਂ ਇੱਕ ਤੈ ਵੀ ਸੱਚੀ ਨਾ ਤੜਕੀ ਤੜਕੀ ਮੂੜੇ ਖਰਾਬ ਕਰ ਜਾਂਦਾ ਹੈ ਔਰ ਕੀ ਲਿਖਿਆ ਹੋਇਆ ਘਰ ਬੈਠੇ ਲੱਖਾਂ ਰੁਪਏ ਕਮਾਓ ਘਰ ਬੈਠੇ ਲੱਖਾਂ ਰੁਪਏ ਕਮਾਓ ਇਹਨੇ ਤਾਂ ਨੰਬਰ ਵੀ ਦੇ ਰੱਖਿਆ ਬੁਲਾ ਕੇ ਨਾ ਦੇਖ ਲਾਂ ਮੈਂ ਮੈਂ ਨਾ ਕੀ ਦੇਖ ਲੈਣੀ ਇੱਕ ਵਾਰੀ ਵਾਹ ਹੈ ਗੁਰੂ ਹੈਲੋ ਸਸ਼ੀਕਲ ਵੀਰ ਜੀ ਹਾਂਜੀ ਤੁਸੀਂ ਪਾਇਆ ਹੋਇਆ ਸੀ ਲਿਖਿਆ ਲੱਖਾਂ ਰੁਪਏ ਕਮਾਓ ਕਹਿੰਦੇ ਘਰੇ ਬਹਿ ਕੇ ਹਾਂਜੀ ਹਾਂਜੀ ਮੈਮ ਸੱਚਕਾ ਹਮ ਚੰਡੀਗੜ੍ਹ ਸੇ ਬੋਲ ਰਹੇ ਹਾਂ ਚੰਡੀਗੜ੍ਹ ਸੇ ਬੋਲਦੇ ਹੋ ਹਾਂਜੀ ਹਾਂਜੀ ਮੈਮ ਅੱਛਾ ਆ ਗੱਲ ਸੱਚ ਹੈ ਕਿ ਘਰੇ ਬਹਿ ਕੇ ਲੱਖਾਂ ਰੁਪਏ ਕਮਾਓ ਹਾਂਜੀ ਹਾਂਜੀ ਮੈਮ ਆਪ ਕਮਾ ਸਕਦੇ ਹੋ ਬਹੁ ਮੇ ਕਮਾ ਸਕਦੀਆਂ ਹਾਂ ਹਾਂਜੀ ਹਾਂਜੀ ਮੈਮ ਆਪ ਛੇਤੀ ਛੇਤੀ ਦੱਸ ਵੀਰੇ ਫਿਰ ਮੈਨੂੰ ਮੈਂ ਤਾਂ ਪੈਸੇ ਕਮਾਉਣੇ ਨੇ ਲੱਖਾਂ आपको मैम हमारी कंपनी एक डीएम कंपनी उसको ज्वाइन करना होगा की करना होगा मतलब उसको ज्वाइन करना होगा उसमें आपको पार्टनरशिप मिलेगी कंपनी में माड़ा जी भाई पंजाबी च दस दे और कुछ जी बोली है ने मैम हमारी जो कंपनी है हां उसमें आपको आना होगा अच्छा आना होगा किथे कि है किथे जे पेंदी है ਚੰਡੀਗੜ੍ਹ ਮੇਆ ਸੈਕਟਰ 38 ਮੇਂ ਉਹ ਚੰਡੀਗੜ੍ਹ ਮੇਰੇ ਘਰ ਆਲ ਤਾਂ ਮੈਨੂੰ ਬਾਹਰ ਨਾ ਲੰਘਣ ਦੇਵੇ ਚੰਡੀਗੜ੍ਹ ਮੈਨੂੰ ਕਿੱਥੋਂ ਉਣ ਦੇ ਦੂਗਾ ਤੂੰ ਘਰੇ ਬਹਿ ਕੇ ਦੱਸ ਵੀ ਘਰੇ ਬਹਿ ਕੇ ਆਪਾਂ ਲੱਖ ਰੁਪਏ ਕਿਵੇਂ ਕਮਾਈਏ ਤੇ ਮੇਰੀ ਗੱਲ ਸੁਣ ਬੇ ਭਾਈ ਆ ਚੰਡੀਗੜ੍ਹ ਉਹੀ ਨਹੀਂ ਜਿੱਥੇ ਕੁੜੀਆਂ ਕੱਚ ਨੀ ਜਿਹਾ ਬਾਗ ਗੁੰਮਦੀਆਂ ਨੇ ਉਹ ਹੈ ਜਾਂ ਮੈਂ ਉਰੀ ਹੈ ਉਜ਼ਰੀ ਪੜ ਜਾ ਉਹ ਹੋ ਜੀ ਮੇਰੇ ਘਰ ਨੂੰ ਪਤਾ ਲੱਗ ਗਿਆ ਮੈਂ ਇਹ ਜੇ ਲੱਛਣ ਕਰਦੀਆਂ ਵੱਡ ਕੇ ਮਿੰਟੋਰੀ ਦੱਬ ਦੂ ਤੂੰ ਮੈਨੂੰ ਹੋਰ ਤਰੀਕਾ ਦੱਸ ਕੋਈ वैसे करो आप अपने फोन पे गूगल पे डाउनलोड करो क्या करो गूगल पे डाउनलोड करो बे भाई तू पंजाबी जी दस जी ਇਹਦਾ ਪੈਸੇ ਕਮਾਈ ਜਾਂਦੇ ਨਹੀਂ ਤੂੰ ਤਾਂ ਉਹੀ ਅੰਗਰੇਜੀ ਜੀ ਬੋਲੀ ਜਾਂਦਾ ਮੇਰੇ ਕੋਲੇ ਤੈਨੂੰ ਕਹੀਆਂ ਨਹੀਂ ਸਿੱਧੀ ਸਾਦੀ ਆ ਮੈਂ ਤਾਂ ਬਈ ਦੇਖ ਲੈ ਲੱਛਣ ਜੀ ਨਾ ਮੇਰੇ ਕੋਲੇ ਕਰ ਮੈਂ ਤੁਸੀ ਆਪਣੇ ਫੋਨ ਦੇ ਵਿੱਚ ਇੱਕ Google Pay ਨਾਂ ਦਾ ਐਪ ਹੈ ਅੱਛਾ ਡਾਊਨਲੋਡ ਕਰੋ ਤੇ ਫਿਰ ਉਹ ਤੁਸੀਂ ਆਪਣੇ ਬੈਂਕ ਖਾਤੇ ਨਾਲ ਜੋੜੋ ਅੱਛਾ ਬੈਂਕ ਖਾਤਾ ਲੱਗੂਗਾ ਹਾਂ ਉਹ ਦਿਨ ਨਾਲ ਫਿਰ ਸਾਨੂੰ ਤੁਸੀਂ ਪਹਿਲੀ ਵਾਰੀ 20000 ਰੁਪਏ ਤੁਹਾਨੂੰ ਸਾਨੂੰ ਪਾਉਣਾ ਹੈ ਸੋਨੂੰ ਪਾਉਣਾ 20000 ਹਾਂ ਲੈ ਗੱਪਾ ਘਾਤੋ ਮਾਰੀ ਜਾਂਦੇ ਵੇ ਬਾਈ ਹੁਣ ਤਾਂ ਕਹਿੰਦਾ ਦੀ ਘਰੇ ਬਹਿ ਕੇ ਪੈਸੇ ਕਮਾਓ ਹੁਣ ਕਹਿੰਦਾ ਸਾਨੂੰ 20000 ਪਾ ਦਿਓ ਨਾ ਜੇ ਮੇਰੇ ਕੋਲੇ 20000 ਹੁੰਦਾ ਮੈਂ ਟਿੰਡੀਆਂ ਲੈਣ ਨੂੰ ਫੋਨ ਲਾਉਣਾ ਸੀ ਤੈਨੂੰ ਨਹੀਂ ਮੈਂ ਹਸਪਤਾਲ ਦੇਖ ਕੇ ਸਾਥ ਕੀ ਹੋ ਜਾਂਦਾ ਹੈ ਨਾ ਆਪ ਲੋਕੀਂਰ ਤੇ ہمارے پاس ਦਾਰਦਿਆ ਨਾ ਹਮਾ ਕੋ ਦਿੱਤੇ ਉਸ ਵਿੱਚ ਆਪ ਦੀ ਕੰਪਨੀ ਰਜਿਸਟ੍ਰੇਸ਼ਨ ਹੋ ਜਾਂਦੀ ਹੈ ਆਪ ਦਾ ਪਾਰਟਨਰਸ਼ਿਪ ਹੋ ਜਾਏਗਾ ਉਸਦੇ ਬੇਪਾਈ ਮੈਨੂੰ ਮੁੰਨੂ ਨਹੀਂ ਬਤਾ ਜੇ ਤਾਂ ਮੈਨੂੰ ਐਂ ਦੱਸਣਾ ਵੀ ਮੇਰੇ ਖਾਤੇ ਚ ਲੱਖ ਰੁਪਿਆ ਆਊਗਾ ਫਿਰ ਤਾਂ ਮੈਂ ਤੈਨੂੰ ਖਾਤਾ ਸੈਂਡ ਕਰ ਦਿੰਨੀ ਆਪਦਾ ਭੇਜ ਦੂੰਗੀ ਐਂ ਤਾਂ ਮੈਂ ਦੱਸ ਪੜੀ ਆ ਖਾਤਾ ਤਾਂ ਭੇਜਣਾਉਂਦਾ ਹੀ ਹੈ ਮੈਨੂੰ ਹਾਂ ਫੇਸੇ ਕਰੋ ਮੈਂ ਮੈਂ ਆਪਣਾ ਚੰਡੀਗੜ੍ਹ ਆ ਜਾਉਂ ਇਧਰ ਆਫਿਸ ਮੇਂ ਵਿਜ਼ਿਟ ਕਰ ਲਉਂ ਤੋਂ ਬਾਅਦ ਬੇ ਮੈਨ ਨਹੀਂ ਆਉਣਾ ਕਿਤੇ ਉਹੀ ਚੰਡੀਗੜ੍ਹ ਚੰਡੀਗੜ੍ਹ ਲੜਖੀਏ ਮੈਂ ਤਾਂ ਤੇ ਲਖਣ ਜੇ ਭਾਈ ਬੁਰੇ ਲੱਗਦੇ ਨੇ ਜਾ ਪਰ ਬੂਮੇ ਮਰ ਜਾ ਕਿਤੇ ਆ ਵੀ ਨਾ ਜਾਵੇ ਫਸ ਗਈ ਦੀ ਮੈਂ ਤਾਂ ਕਹਿੰਦਾ ਚੰਡੀਗੜ੍ਹ ਆ ਜੂ ਲੈ ਚੰਡੀਗੜ੍ਹ ਆ ਕੇ ਦੱਸ ਮੇਠੂ ਕੀ ਕਰਾਉਣੇ ਤੂੰ ਕੀ ਕਰਾਂ ਮੈਂ ਇੱਕ ਤਾਂ ਕੀੜਾ ਜਿਹਾ ਠਾਤਾ ਮੇਰੇ ਲੱਖਾਂ ਰੁਪਏ ਕਮਾਉ ਮੈਂ ਤਾਂ ਕੋਸਾਉਂਦਾ ਵੀ ਨਹੀਂ ਹੈਗਾ ਵੀ ਬੰਦਾ ਚੱਲ ਕੜਾਈ ਸਲਾਈ ਕਰ ਲੈ ਚੱਲ ਦੇਖਦੀਆਂ ਲੈ ਇਹ ਤਾਂ ਮੌਜ ਨਾਲ ਬਾਹਰ ਡਾਈ ਬੈਠੀ ਐ ਮੈਂ ਡਿੱਕੀ ਜਾਣੀ ਆ ਵੀ ਹੁਣ ਵੀ ਆਈ ਹੁਣ ਵੀ ਆਈ 12 ਵਜਵਾ ਤੇ ਲੈ ਕੁੰਟਾ ਲਾਈ ਬੈਠੀ ਐ ਲੈ ਕਰ ਲੋ ਕਿਉਂ ਨੂੰ ਪਾਂਡਾ ਓ ਪਈਆ ਸੁੱਤੀ ਕੋੜੇ ਵੇਚ ਕੇ ਹਮ ਮੈਂ ਪਹਿਲੀ ਲੋਕੀ ਉੱਥੇ ਡਿੱਕੀ ਜਾਣੀਆ ਕਿਰਨਾ ਤੈਨੂੰ ਵੀ ਬਸ ਆ ਕੱਲ ਨਹੀਂ ਹੈਗੀ ਆ ਤਾਂ ਲਾ ਕੇ ਲਾਰਾ ਅਖੇ ਹਾਂ ਚਾਚੀ ਚੱਲਾਂਗੇ ਆਪਾਂ ਛੂਟ ਲੈਣ ਮਾਜ ਨਾ ਨਾ ਧੋ ਕੇ ਲਾ ਕੇ ਸੁਰਖੀ ਪਾਊਡਰ ਆਉ ਭਈਏ ਸੁੱਤੀ ਤੂੰ ਉੱਥੇ ਬੈਠੀ ਮੱਥੇ ਤੇ ਧਰ ਕੇ ਡਿੱਕੀ ਜਾਨੀ ਆਉਗੀ ਲੈ ਆਉਣ ਵਾਲੀ ਆ ਹੁਣ ਤਾਂ ਹੁਣ ਆ ਜਾਂਦੀ ਐ ਲੈ ਮਾਨੀ ਬਰੀ ਤ ਪ੍ਰੀਤ ਪ੍ਰੀਤ ਉੱਠੋਗੀ ਐ ਲਖੜਕਾ ਨਹੀਂ ਸੋਣਿਆ ਗੇਟ ਦਾ ਸਾਡੇ ਵਰਗਿਆਂ ਛਿੜੀ ਨਹੀਂ ਫਰਕਣ ਬੰਦੀਆਂ ਉਹਦੀ ਉੱਠ ਖੜਦੇ ਆ ਜੇ ਕੋਈ ਖੜਕਾ ਧੜਕਾ ਹੋਵੇ ਆ ਤਾਂ ਲਗੇਟ ਖੜਕਾਏ ਦਾ ਵੀ ਇਹਨੂੰ ਤਾਂ ਪਤਾ ਲੱਗਦਾ ਪਰ ਉਹ ਨੂੰ ਪਤਾ ਨਹੀਂ ਕਿ ਗੋਲੀਆਂ ਨਹੀਂ ਦਾਲੀਆਂ ਖਾ ਕੇ ਸੌਂਗੀ ਵਿੱਚ ਰਾ ਲੈ ਉਹ ਫੇਸਤੀ ਇਹ ਨਹੀਂ ਆਉਂਦੀ ਇਹ ਨੂੰ ਨਹੀਂ ਸੁਣਦਾ ਸਾਡਾ ਖੜਕਾ ਮੈਨੂੰ ਹੀ ਜਾਣਾ ਪੋਗਾ ਅੰਦਰ ਖੋਲ ਕੇ ਕੁੰਡਾ ਆਪ ਹੀ ਖੋਲਾ ਲੈ ਇਦਾਂ ਕੁੰਡਾ ਖੁੱਲੇ ਦਾ ਨਹੀਂ ਪਤਾ ਲੱਗਿਆ। ਹੋਰ ਨਾਲ ਤੇ ਇਹਦਾ ਕੁੱਤਾ ਬਾਹਰੇ ਭੱਜ ਜੇ। ਫੇਰ ਕਹੂਗੀ ਚਾਚੀ ਬਾਹਰੇ ਕੱਟਦਾ। ਕੁੜੇ ਬ੍ਰੀਤੋ। ਓਹੋ ਚਾਚੀ ਡਰਾ ਕੀ ਰੱਖਦਾ ਤੂੰ ਦਾ। ਓਹੋ ਵਾਓ। ਤੂੰ ਤਾਂ ਮੇਰੀ ਵੀ ਪੀਤੀ ਚਾਹ ਲਾਤੀ ਕੁੜੇ। ਕੁੜੇ ਤੂੰ ਤਾਂ ਐ ਸੁੱਤੀ ਬਈਆਂ ਜਿਵੇਂ ਬਾਲੀ ਥੱਕੀ ਹੁੰਨੀ ਆ। ਮੈਨੂੰ ਲਾ ਕੇ ਲਾਰਾ ਆਖੇਣਾ ਤਾਂ ਇਸ ਸੁਸਤੀ ਵਾਲੀ ਚੜ ਰਹੀ ਹੈ ਨਾ ਸੀ ਵੀ ਕੇ ਨਾ ਬੂ ਇੰਨੇ ਕਿੰਨੇ ਪੀ ਗਏ ਕੁੜੇ ਹੁਣੀ ਸੁੱਤੀ ਸੀ ਹੈ ਚਾਚੀ ਤੂੰ ਤਾਂ ਆ ਕੇ ਠਾ ਹੀ ਦਿੱਤਾ ਹੁਣੀ ਸੁੱਤੀ ਸੀ ਤੂੰ ਤਾਂ ਐ ਲਾ ਦੇ ਮੈਂ ਕੂਕ ਸੁੱਤੀ ਪਈ ਆ ਨਾ ਲੱਸੀ ਇੰਨੇ ਕਿੰਨੇ ਪੀ ਗਈ ਨਿਯੋਦੀ ਘਿਲ ਵਾਲਾ ਗਲਾਸ ਜਿਹੜਾ ਪੀ ਲੈਣੀ ਆ ਮਰਨੇ ਚਾਪੜੇ ਅਜੇ ਤਾਂ ਦਿਨ ਬੇਦੀ 10 ਪੀ ਜਾਣੇ ਆ ਨਹੀਂ ਗੱਲ ਸੁਣ ਮੇਰੀ ਮਨ ਤਾਂ ਤੈਨੂੰ ਡੀਕੀ ਜਾਨੀਆ ਤਿਆਰ ਬਿਆਰ ਹੋ ਕੇ ਕੰਨ ਮੇੜ ਕੇ ਹਾਏ ਫੋਟ ਤੇਰੇ ਤੋ ਤਾਂ ਮੈਨੂੰ ਕਹਿ ਗਈ ਸੀ ਅਸੀਂ ਸੂਟ ਲੈ ਕੇ ਆਵਾਂਗੇ ਨਾਲੇ ਵੀਰ ਨਾਲ ਛੇ ਦਿਨ ਚੱਲ ਆ। ਉਹ ਹੋ ਮੈਨੂੰ ਤਾਂ ਪਹਿਗੇ ਪਤਾ ਨਹੀਂ ਲੱਗਦਾ ਅਭੀ ਦਿਨੇ ਘਰਾਤਾ। ਨਹੀਂ ਦੇ ਵਾਲੀ ਚੜ ਗਈ ਕੀ ਕਰਾ। ਅੱਛਾ ਹਾਂ ਸੱਚ ਤੂੰ ਕੀਡ ਹੋ ਜੂਗੀ। ਫਿਰ ਤਾਂ ਰਹਿਣ ਖੂਨ ਤਾਂ ਮਿਲੂਗੀ। ਜਾ ਕੇ ਲੈ ਆਉਣੇ ਦੋ ਦੋ ਚਾਰ ਚਾਰ ਜਿਹੜੇ ਲਿਆਉਣੇ ਨੇ। ਮੂੰ ਮੈਂ ਤਾਂ ਭੁੱਲ ਗਈ ਸੱਚ। ਉਹ ਟੱਟ ਪੈਣਾ ਮੇਰੇ ਨਾਲ ਤਾਂ ਲੜਾਈ ਕਰਕੇ ਗਿਆ। 1 ਰੁਪਿਆ ਨਹੀਂ ਦੇ ਕੇ ਗਿਆ ਮੈਨੂੰ ਤਾਂ। ਕਰਤੀ ਆਹੀ ਗੱਲ। ਬਸ ਚਾਚੀ ਪੁੱਛਣਾ ਤੂੰ ਤਾਂ ਸੌਣ ਲੱਗੇ। ਮੇਰਾ ਤਾਂ ਤੜਕੀ ਤੜਕੀ ਉਹਨੇ ਵਾਸੋਂ ਮੂੜ ਜਾ ਖਰਾਬ ਕਰਤਾ ਮੈਂ ਤਾਂ ਉਹ ਪੈ ਗਈ ਸੀ ਬੱਸ ਰੁੱਸ ਕੇ ਓਹੋ ਮੈਂ ਉੱਥੇ ਬੈਠੀ ਚੱਕੀ ਜਾਨੇ ਉੱਲੂ ਮੂੰਹ ਹੁਣ ਸੁਟ ਦੂ ਦੱਸ ਮੈਂ ਕਿੱਥੋਂ ਲੈ ਕੇ ਆਵਾਂ ਰੁਪਈਆ ਜਦੋਂ ਜਨਾਨੀ ਦੇ ਕੋਲੇ ਨਾ ਹੋਵੇ ਭਾਈ ਕੀ ਕਰੂਗੀ ਫਿਰ ਹਾਂ ਭਾਈ ਇਹ ਤਾਂ ਔਖਾ ਹੈਗਾ ਹੁਣ ਕੀ ਕਰੀਏ ਕੋਈ ਕੱਪੜੇ ਦੇ ਮੇਰੀ ਗੱਲ ਸੁਣ ਚਾਚੀ ਦੇਖ ਦੁਬਾਰੀ ਤਾਂ ਨਹੀਂ ਆਏ ਫੋਨ ਬੂ ਮਿਸਕੋਲਾ ਹੀ ਪਈ ਉਹਨਾਂ ਦੀ ਕੀ ਦੀ ਮੇਰੀ ਗੱਲ ਸੁਣ ਅੱਗੇ ਤਾਂ ਗੱਲ ਨਾ ਕਰਦੀ ਕਿਸੇ ਕੋਲੇ ਅੱਗੇ ਕੋਈ ਚਾਚੀ ਮੈਨੂੰ ਤੇਰੇ ਤੇ ਪੂਰਾ ਭਰੋਸਾ ਹੈ ਮੈਨੂੰ ਪਤਾ ਤੈਨੂੰ ਅੱਗੇ ਗੱਲ ਤਾਂ ਕਰਦੀ ਨਹੀਂ ਪਰ ਕਹਿਣਾ ਫਰਜ਼ ਹੈ ਮੇਰਾ ਇੱਕ ਵਾਰੀ ਹਾਂ ਹਾਂ ਮੈਂ ਤਾਂ ਫੋਨ 'ਤੇ ਦੇਖੀ ਜਾਂਦੀ ਦੀਦੀ ਹਾਂ ਹਾਂ YouTube 'ਤੇ ਆ ਆ ਜਿਹੜੀਆਂ ਹੁੰਦੀ ਹੁੰਦੀਆਂ ਮੈਂ ਤੈਨੂੰ ਦਿਖਾਉਣੀ ਹੁੰਦੀਆਂ ਵੀਡੀਓ ਹੁੰਦੀਆਂ ਹੁੰਦੀਆਂ ਨੇ ਹੈਨਾ ਹਾਂ 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 ਉਹ ਤਾਂ ਇੱਕ ਦੇਖਦੀ ਹੁੰਨੀ ਆ ਅੱਜ ਨਾ ਮੂਰੇ ਆ ਰਿਹਾ ਮੇਰੇ ਲਿਖਿਆ ਹੋਇਆ ਘਰ ਬੈਠੇ ਕਹਿੰਦੇ ਲੱਖਾਂ ਰੁਪਏ ਕਮਾਉ ਸੌਖਾ ਹੋਰ ਮੈਂ ਤਾਂ ਫੋਨ ਲਾ ਕੇ ਬੈਗੀ ਉਹਨਾਂ ਨੰਬਰ ਦਿੱਤਾ ਪਿਆ ਤੀ ਉਹਨਾਂ ਨੇ ਅੱਛਾ ਜਦੋਂ ਮੈਂ ਲਾਇਆ ਫੋਨ ਭਾਈ ਮੈਨੂੰ ਕਹਿੰਦਾ ਚੰਡੀਗੜ੍ਹ ਆਜੋ ਅੱਛਾ ਲੈ ਅੱਛਿਆ ਕੀ ਚਾਚੀ ਤੂੰ ਮੈਨੂੰ ਐ ਪੁੱਛ ਵੀ ਉਹ ਕਿਉਂ ਬੁਲਾਉਂਦਾ ਸੀ ਚੰਡੀਗੜ੍ਹ ਹਾਂ ਦੱਸ ਕਾਹ ਤੋਂ ਬੁਲਾਉਂਦਾ ਸੀ ਨਹੀਂ ਮੈਨੂੰ ਤਾਂ ਉਹਦੇ ਲੱਛਣ ਮਾੜੇ ਲੱਗੇ ਉਹ ਜਿਹੜੇ ਹੁੰਦੇ ਨੇ ਦੋਏ ਦੋ ਨੰਬਰ ਵਾਲੇ ਹਾਂ ਉਹ ਲੱਗੇ ਮੈਨੂੰ ਤਾਂ ਕਿਹੜੀਏ ਕਿਤੇ ਹੋਰ ਨਾ ਕੋਈ ਉੱਲੂਕਾਰਾ ਹੋ ਜੇ ਨਹੀਂ ਹੋਰ ਮੈਨੂੰ ਤਾਂ ਆ ਨੰਬਰ ਵੀ ਡਿਲੀਟ ਕਰਨਾ ਹੁੰਦਾ ਕਿਵੇਂ ਕਰਦੇ ਹੁੰਦੇ ਨੇ ਫੋਨ 'ਚੋਂ ਹੁਣ ਉਸੇ ਤੋਂ ਕਰਾ ਲਈ ਉਹ ਮੈਨੂੰ ਕੁਕ ਕਿਨੂੰ ਫੋਨ ਲਾਉਣੀ ਹੈ ਨਿਉ ਮੇਰੇ ਤੇ ਸ਼ੱਕ ਕਰੂਗਾ ਵੀ ਪਤਾ ਨਹੀਂ ਕਿਹਨੂੰ ਹੀ ਨੂੰ ਪਿੱਛੋਂ ਫੋਨ ਲਾਉਂਦੀ ਹੈ ਨਹੀਂ ਮੇਰੀ ਗੱਲ ਸੁਣ ਉਹ ਤਾਂ ਬਾਦੇ ਪੈ ਗਿਆ ਮੇਰੇ ਹੁਣ ਫੋਨ ਤੇ ਫੋਨ ਕਰੀ ਜਾਂਦਾ ਮੈਨੂੰ ਇਹਨੂੰ ਅੱਗ ਲਾਉਣੇ ਨੂੰ ਬੰਦ ਕਰਕੇ ਧਰ ਤੇ ਆਪ ਹੀ ਖੜ ਜੂਗਾ ਖੜਕਾ ਕੇ ਫੋਨ ਹੋਰ ਇਹ ਤੂੰ ਵੀ ਬੰਗੇ ਛੇੜ ਲੈਣੀ ਨਵੇਂ ਤੋਂ ਨਵੇਂ ਲੈ ਚਾਚੀ ਤੂੰ ਵੀ ਕੰਮ ਲੈ ਲਈ ਗੱਲਾਂ ਕਰਦੀ ਆ ਕਿ ਫੋਨ ਬੰਦ ਕਰਕੇ ਰੱਖ ਦੇ ਨਹੀਂ ਜਦੋਂ ਖੋਲੂਗੀ ਉਦੋਂ ਤਾਂ ਕਰੂਗਾ ਹੀ ਅਗਲਾ ਨਾਲੇ ਮੈਂ ਤਾਂ ਉਹਨੂੰ ਕਹਿਤਾ ਸੀ ਬੀਬੀ ਮੈਂ ਇਹੀ ਜੀ ਤੀਮੀ ਨਹੀਂ ਹੈਗੀ ਮੈਂ ਤਾਂ ਨਾ ਸਿੱਧੀ ਸਾਦੀ ਜੀ ਆ ਸਿੰਪਲ ਜੀ ਆ ਸੀ ਤਾਂ ਨਾਲੇ ਆਪਾਂ ਨੂੰ ਕਿੱਥੇ ਚੰਡੀਗੜ੍ਹ ਵਾਲੇ ਰਾਸ ਆਉਂਦੇ ਨੇ ਹਾਂ ਲੈ ਨਾਲੇ ਕਹਿੰਦਾ ਲੱਖਾਂ ਰੁਪਏ ਕਮਾਓ ਸੱਚ ਇਹ ਵੀ ਕਹਿੰਦਾ ਤੇ ਕਹਿੰਦਾ ਪਹਿਲਾਂ 20000 ਰੁਪਏ ਪਾਉਣਾ ਪਊਗਾ ਨਹੀਂ ਤਾਂ ਦੂਜਾ ਧੰਦਾ ਕਰਦੇ ਨੇ ਉਹ ਕਰਦੇ ਨੇ ਉਹਦੇ ਦੂਜਾ ਹਾਂ ਪੂ ਨੀ ਕੁੰਜਰੀਏ ਕਿਤੇ ਹੋਰ ਨਾ ਛਾਪਾ ਛੇੜ ਲਈ ਆਪਾਂ ਉਹਨੂੰ ਲੈ ਜਾ ਕੇ ਉੱਥੇ ਵੇਚੀ ਦੇਵੇ ਤੇਰੇ ਵਰਗੀ ਤਾਂ ਮੇਰੇ ਵਰਗੀ ਨੂੰ ਨਾਲ ਲੈ ਕੇ ਧੁਰਦੀ ਹੁੰਦੀ ਆ ਮੂੰਹ ਮੈਂ ਤਾਂ ਇਹ ਕਰਦੀ ਨਹੀਂ ਮੈਂ ਤਾਂ ਫੋਨ ਜਾ ਤੋੜੇ ਦਿੰਨੀ ਆ ਨਹੀਂ ਅਸੀਂ ਤਾਂ ਇੱਟ ਮਾਰ ਕੇ ਡਿੱਗ ਪਏ ਮੇਰੀ ਗੱਲ ਸੁਣ ਉਹ ਤਾਂ ਲੱਖਾਂ ਰੁਪਏ ਦੇ ਮੈਨੂੰ ਸੁਪਨੇ ਜੇ ਦਿਖਾਤੇ ਲੱਖ ਤਾਂ ਕਾਣੂ ਚੱਲ ਐਨੇ ਜੋਗੇ ਤਾਂ ਆਪਾਂ ਕਿੱਥੇ ਆ ਪੜੀ ਵੀ ਦੱਸਿਆ ਮੈਂ 10 ਕ ਹਜ਼ਾਰੇ ਪਾ ਦੇਣ ਮਹੀਨੇ ਦਾ ਵਾਧੂ ਐ ਉਹ ਕਿ 10 ਮੈਨੂੰ ਤਾਂ 5 ਪੈਸੇ ਵਾਧੂ ਐ 10000 ਦੇ ਤੋਂ ਤੇਰੇ ਵਾਲੇ ਆ ਜਾਣਗੇ ਤੇਰੇ ਵਾਲੇ ਜੀ ਪਵਾ ਲਿਆ ਕਰੀ ਪੰਜ ਕਮੇਰਾ ਵਿੱਚੀ ਹਾਂ ਤੇਰੀ ਕਲਰ ਕਰਾ ਦਿੰਨੀ ਆ ਗੱਲ ਲੰਮ ਫੋਨ ਨੂੰ ਨਾ ਨਹੀਂ ਪੈਣੇ ਮੈਨੂੰ ਬੁਲਾ ਲੂਗਾ ਚੰਡੀਗੜ੍ਹ ਮੈਂ ਨਹੀਂ ਜਾਂਦੀ ਲੈ ਚੰਡੀਗੜ੍ਹ ਪਤਾ ਹੈ ਨਾ ਉਹ ਕੱਛ ਨਹੀਂ ਇਹ ਪੌਣੀ ਬੈਣੀਆਂ ਛੋਟੀ ਛੋਟੀ ਹਾਏ ਮਾਚਣੇ ਪਲੇਟ ਤੇ ਚਾਣੇ ਤੇ ਮੇਰੀ ਗੱਲ ਸੁਣਾ ਹਾਂ ਛੱਡ ਤੂੰ ਤਾਂ ਆ ਹੂੰ ਤੇ ਹੁਣ ਮੈਂ ਕੀ ਕਰਾਂ ੜੀਏ ਮੇਰੇ ਤਾਂ ਬਾਲਾ ਜੀ ਕਰਦੇ ਸੂਟ ਲਿਓਣ ਦਾ ਹੁਣ ਪੈਸੇ ਨਹੀਂ ਦੇ ਕੇ ਗਿਆ ਰੁੜ ਜਾਣਾ ਕੀ ਕਰਾਂ ਲੈ ਆਖੇ ਮੈਂ ਕੀ ਕਰਾਂ ਤੂੰ ਤਾਂ ਮੇਰਾ ਵੀ ਕੰਮ ਗਾਲਤਾ ਉੱਥੇ ਜਿਹੜੇ ਵਧੀਆ ਵਧੀਆ ਸ਼ੂਟ ਹੋਣਗੇ ਸੇਲ ਐ ਕਰ ਚਾਚੀ ਤੂੰ ਹੀ ਦੇ ਦੇ 500 ਰੁਪਏ ਦਾ ਰਹਾ ਤੈਨੂੰ ਮੋੜ ਦੂੰਗੀ ਫੇਰ ਚਲ ਐ ਕਰ ਲੈ ਫੇਰ ਤੈਨੂੰ ਤੈਨੂੰ ਚਾਚਾ ਰੋਕਦਾ ਨਹੀਂ ਉਹਦੀ ਦੇ ਦਿੰਦਾ ਪੈਸੇ ਮੈਂ ਤਾਂ ਕਦੇ ਕਦੇ ਚੋਰੀੋਂ ਕੱਢ ਲੈਨੀ ਆ ਉਹ ਨਾ ਭਾਈ ਮੇਰੀ ਆਦਤ ਨਹੀਂ ਹੈਗੀ ਇਹ ਚੋਰੀ-ਚੂਰੀ ਕਰਨ ਵਾਲੀ ਮੈਂ ਤਾਂ ਚਾਹੀ ਭੁੱਖੀ ਮਰ ਜਾ ਮੈਂ ਤਾਂ 1 ਰੁਪਿਆ ਨਹੀਂ ਕਢਦੀ ਨਹੀਂ ਭੈਣੇ ਦਿੰਦੇ ਨਹੀਂ ਹੈਗੇ ਪੁੱਤ ਜੇ ਦਿੰਦੇ ਹੁਣ ਚੋਰੀ ਕਰਨ ਦੀ ਤੀਵੀਆਂ ਨੂੰ ਕਿ ਲੋੜ ਦਿੰਦਾ ਤਾਂ ਹੁਣ ਸਾਡੇ ਵਾਲਾ ਵੀ ਨਹੀਂ ਹੁਣ ਮੈਂ ਕੀ ਕਰਾਂ ਮੈਂ ਦੱਸਾਂ ਮੈਂ ਤਾਂ ਪਰਸੋਂ ਚ ਉੱਥੇ ਗਈ ਸੀ ਹਾਂ ਸਮਾਨ ਲੈਣ ਦਾਲ ਸਬਜ਼ੀ ਲੈ ਲਈ ਵਿੱਚੋਂ 100 ਰੁਪਏ ਬਚਾ ਲੇ ਕੁੰਡੀ ਲਾ ਲੈਣੀ ਐ ਸਭ ਜਿਹੜੀਆਂ ਦੀ ਕੁੰਡੀ ਲਾ ਲੈਣੀ ਮੈਨੂੰ ਤਾਂ ਬਾਹਰ ਨਹੀਂ ਟੱਪਣ ਦੇ ਅੰਦਰ ਰੁੜ ਜਾਣਾ ਵੀ ਕੁੰਡੀ ਤਾਂ ਲਾਲਾ ਮੈਂ ਵਿੱਚੋਂ ਬੱਸ ਕਿੱਥੋਂ ਕੁੰਡੀਆਂ ਲਾਉਂ ਆਈ 100 100 ਨਾਲ 5 5 ਰੁਪਈਆਂ ਨਾਲ 10 10 ਰੁਪਈਆਂ ਨਾਲ ਜੋੜਦੀ ਰਹਿਣੀ ਐ ਤੂੰ ਤਾਂ ਪਾਏ ਬਣਾ ਲਿਆ 1000 ਰੁਪਈਆ ਬਣਾ ਲਿਆ ਸੀ ਮੈਂ ਤਾਂ ਚਲੋ ਚਾਚੀ ਦੇਖੀਓਗੀ ਆਉਣ ਵਾਲੀ ਐ ਹੁਣ ਆਉਣ ਸਰ ਸਰਤੇ ਚੜ ਜਾਂਦਾ ਹੈਗਾ 4 ਦਫਾ ਦੋ ਇਹਨੂੰ ਕਿੰਨੀ ਮਰਜ਼ੀ ਡੱਫੀ ਹੋਊਗਾ ਸਾਰਾ ਦਿਨ ਜਾ ਨਹੀਂ ਕੀ ਭੜੀ ਐ ਤੂੰ ਤਾਂ ਮੇਰਾ ਵੀ ਕੰਮ ਖਰਾਬ ਮੇਰੀ ਤਾਂ ਚਾਚੀ ਸੌਣ ਲੱਗੇ ਮੈਂ ਤਾਂ ਬਾਲੀ ਦੁਖੀ ਐ ਮੇਰ ਤਾਂ ਤੂੰ ਤਾਂ ਮੈਨੂੰ ਮੁਰਗੀ ਘਾਤਾ ਨਾਲ ਹੋਰ ਹੀ ਬੇਸਵਾਦੀਆਂ ਜੀਆਂ ਗੱਲਾਂ ਕਰਦੀਆਂ ਬੀ ਬੇਸਵਾਦੀਆਂ ਕੀ ਕਰਦੀਆਂ ਹੁਣ ਜਿਹੇ ਜਹ ਹੈਗੇ ਉਹ ਹੀ ਜੀ ਦੱਸੂਗੀ ਉਹ ਤਾਂ ਮੈਨੂੰ ਬੁੱਤਾ ਫਿਰ ਤੂੰ ਮੈਨੂੰ ਪਹਿਲਾਂ ਦੱਸ ਦਿੰਦੀ ਬੀਬੀ ਮੈਨੂੰ ਪਹਿਲਾਂ ਮੈਂ ਤੈਨੂੰ ਕੀ ਦੱਸ ਦਿੰਦੀ ਮੈਂ ਸੌਂਗੀ ਮੇਰੀ ਅੱਖ ਲੱਗ ਗਈ ਭਾਈ ਮੈਂ ਤਾਂ ਵਗ ਜਾਂਦੀ ਨਾਲੇ ਹੁਣ ਮੇਰਾ ਘਰੇ ਤੂੰ ਕਿਹਦੇ ਨਾਲ ਲਵਾ ਗਈ ਜਾਂਦੀ ਨਾਲੇ ਹਾਂ ਸੱਚ ਜਾਣਾ ਤਾਂ ਮੈਂ ਤੇਰੇ ਨਾਲ ਹੀ ਸੀ ਹੋਰ ਫਿਰ ਹੁਣ ਕਿੱਦੇ ਚੱਲੀ ਨਾਲੇ ਆਪਣਾ ਕਿਹੜਾ ਕਰਾਇਆ ਲੱਗਦਾ ਹੈ ਮੈਂ ਤਾਂ ਕਿਰਾਇਆ ਵੀ ਨਹੀਂ ਮੰਗਦੀ ਮੈਂ ਤਾਂ ਸੂਟ-ਸੂਟ ਦੇ ਪੈਸੇ ਮੰਗਦੀ ਦੀਗੀ ਉਹ ਤਾਂ ਆਧਾਰ ਕਾਰਡ ਵਾਲੀ ਤੇ ਚੜ ਜਾਗੇ ਉਹ ਤਾਂ ਪਜਾਨੀ ਆਧਾਰ ਕਾਰਡ ਵਾਲੀ ਤੇ ਹੁਣ ਫਿਰ ਤੋ ਕੋਈ ਸਕੀਮ ਲੜਾ ਲੈ ਫਿਰ ਪੈਸੇ ਹੀ ਕਮਾ ਲੈਨੇ ਆ ਮੈਂ ਤੇਰੇ ਨਾਲ ਕੰਮ ਕਰਾ ਦੂਗੀ ਮੈਂ ਤਾਂ ਸੋਚਦੀ ਆ ਚਾਚੀ ਕਿਉਂ ਨਾ ਮੈਂ ਸੂਟ-ਸਾੜ ਸਿੱਖਣ ਲੱਗ ਜਾਈਂ ਨੀ ਆਰੇ ਸਰਕਾਰੀ ਨਹੀਂ ਸੈਂਟਰ ਜਾ ਹਾਂ ਕੱਪੜੇ ਸਿਉਣੀ ਸਿਖਾਉਂਦੇ ਨੇ ਉੱਥੇ ਭag ਜਾ ਕਰੂੰਗੀ ਵਧੀਆ ਲੈ ਮੈਂ ਤੇਰਾ ਇੱਕ ਦਿਨ ਤਾਂ 150 ਰੁਪਏ ਤਾਂ ਕਮਾਈ ਕਰੂੰਗੀ ਇੱਕ ਸੂਟ ਤਾਂ ਸਿਮੇਂੀ ਕਰੂੰ ਤੂੰ 150 ਕਮਾ ਲੈ ਕਰੀਂ ਪੰਜ ਚਾਰ ਮੈਂ ਕਮਾ ਲੈ ਕਰੂੰ ਮੈਂ ਤਰਪਾਈ ਕਰ ਦਿਆ ਕਰੂੰ ਪਰ ਮਨ ਕਰੀ ਮੈਂ ਤਾਂ ਟੁੱਟ ਪੈਣਾ ਉੱਥੇ ਵੀ ਨਾ ਜਾਣ ਦੇਵੇ ਇਹ ਜਹੇ ਸਾਡੇ ਵਾਲਾ ਤਾਂ ਕੁੱਤੇ ਦਾ ਵੱਢਿਆ ਗੱਲ ਪੱਕੀ ਹੈ ਹਾਂ ਜੇ ਜਾਂ ਨਹੀਂ ਐਂ ਕਰਿਆ ਕਰੀ ਉਹ ਤੋਂ ਇਹ ਜੇ ਤਾਂ ਖੇਤ ਬਾਗ ਜਾ ਕਰੂਗਾ ਕਹਣ ਤੱਕ ਉਹ ਤੋਂ ਕਾ ਵੀ ਪਹਿਲਾ ਪਹਿਲਾ ਮੈਨੂੰ ਇੰਨਾ ਕ ਦੱਸ ਕੇ ਦੇ ਦੇ ਇਹ ਕਿਹੜਾ ਹੈ ਰੋਜ਼ੀ ਰੁੱੜਦਾ ਹੈ ਖੇਤ ਵੀ ਨਹੀਂ ਰੁੱੜਦਾ ਇਹ ਫਿਰ ਹੁਣ ਕੋਈ ਹੀਲਾ ਕਰੇਗੀ ਉਹ ਤੋਂ ਪਹਿਲਾਂ ਪਹਿਲਾਂ ਜਦੋਂ ਇਹ ਖੇਤ ਬਾਗ ਜਾ ਕਰੂ ਉਹਨੂੰ ਕਹ ਕਹਣ ਤੱਕ ਮੈਨੂੰ ਦੱਸ ਦੇ ਨਹੀਂ ਚਾਚੀ ਕਹੀ ਜੇ ਗੱਲਾਂ ਕਰਦੀਆਂ ਖੇਤ ਕਿਹੜਾ ਹੈ ਰੋਜ਼ੀ ਰੁੱੜਦਾ ਹੈਗਾ ਆ 2 ਮਿੰਟ ਗੇੜਾ ਕੱਢ ਕੇ ਉਹਦੀ ਮੜੇ ਹੁੰਦਾ। ਮੇਰੀ ਗੱਲ ਸੁਣਨੀ। ਤੂੰ ਐ ਕਰੀ ਜਾਚੀ ਮੜੇ ਜਾਂ ਛੋਟਾ ਜਿਹਾ ਕੰਮ ਹੀ ਕਰ ਦੇ ਮੇਰਾ। ਜਿਹੜੀ ਮਹਿੰਦਰ ਕੀ ਨੂਣੀ ਹੈਗੀ ਉਹ ਲੱਗੀ ਹੋਈ ਹੈ ਸੈਂਟਰ 'ਚ ਉੱਥੇ। ਤੇ ਉਦੋਂ ਪੁੱਛ ਕੇ ਦੱਸ ਵੀ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਸਿਖਾਉਂਦੀਆਂ ਨੇ। ਫਿਰ ਤਾਂ ਮੈਂ ਆਪਦੀ ਸੈਟਿੰਗ ਜੀ ਕਰ ਲੂੰਗੀ। ਚਲ ਪੁੱਛ ਲੂੰਗੀ ਇਹ ਤਾਂ ਮੈਂ। ਆ ਤਾਂ ਕੰਮ ਕਰ ਦੂੰ ਤੇਰਾ ਮੈਂ ਇੰਨਾਂ 'ਕ। ਫਿਰ ਹੁਣ ਐ ਦੱਸ। ਹੁਣ ਕਦੋਂ ਜਾਵਾਂਗੇ ਆਪਾਂ ਕੱਪੜੇ ਲੈਣ। ਨਹੀਂ ਚਾਚੀ ਤੈਨੂੰ ਕੱਪੜਿਆਂ ਦੀ ਲੱਗ ਰਹੀ ਆ। ਮੇਰਾ ਉਹੀ ਤੜਕੀ ਦਉਣੀ ਆ ਮੂੜ ਜਾ ਖਰਾਬ ਕਰਖ ਅੱਜ ਤਾਂ ਮੈਥੋਂ ਚਾਚੀ ਜਾਏ ਨਹੀਂ ਆਂਦਾ ਦੇਖਦੇ ਕੱਲ ਨੂੰ ਵਗ ਜਾਗੇ ਕੋਈ ਤਾਂ ਕੱਲ ਲੈ ਪੈਸਿਆਂ ਦਾ ਹਿੱਲਾ ਬਿੱਲਾ ਕਰਦੀ ਆ ਮਾੜੇ ਮੋٹے ਹੋਰ ਕੱਢੂਗੇ ਉਹਦਾ ਇੱਕ ਦੋ ਤਰਲਾ ਮੈਂ ਕੱਲ ਨੂੰ ਵੀ ਰਗ ਤੇਹੀ ਗੱਲ ਕਰਦੀ ਦਸਾਂ ਜਾਨੀ ਆ ਪੀ ਕੇ ਲੱਸੀ ਫਿਰ ਹੁਣ ਮੈਂ ਹੋਰ ਕੀ ਮੇਰੇ ਮੱਕੀ ਗੁੱਡਾਂ ਬੇਲੀ ਤੇ ਹੈਗੀਆਂ ਕੱਲੀ ਕਦੇ ਇੱਧਰ ਝਾਕ ਲੈ ਕਦੇ ਉੱਧਰ ਝਾਕ ਲੈ ਇਹਨਾਂ ਨਾਲ ਤਾਂ ਚੰਗਾ ਮੈਂ ਦੋ ਘੜੀ ਸੌਂ ਜਾਨੀ ਆ ਹੂੰ ਭਾਈ ਮौज ਆ ਤੇਨੂੰ ਹਨਾ ਕੱਲੀ ਕਹਿ ਰਹੀ ਆ ਕੰਮ ਨਿਮੇੜ ਕੇ ਢਾ ਕੇ ਮੰਝਾ ਸੌਂ ਜਾਨੀ ਮौज ਤਾਂ ਕਾਦੀ ਐ ਚਾਚੀ ਤੇਰੇ ਤਾਂ ਸੱਸ ਹੈਗੀ ਆ ਤੂੰ ਕਮਨੇ ਵੇੜ ਕੇ ਦੋ ਘੜੀ ਗੱਲਾਂ ਤਾਂ ਉਹਨੇ ਕਰ ਲੈਣੀਆਂ ਮੈਂ ਕਿਹਦੀ ਨਾਲ ਗੱਲਾਂ ਕਰਾਂ ਮੈਂ ਤਾਂ ਇੱਕ ਦੂਜੇ ਦੇ ਮੂੰਹ ਘੇ ਨਹੀਂ ਦੇਖਦੇ ਰਹਿਨੇ ਅਸੀਂ ਤਾਂ ਹਾਂ ਭਾਈ ਐ ਤਾਂ ਮੇਰੀ ਸੱਸ ਮੱਦ ਦੀ ਕੋਣੀ ਹੈਗੇ ਚੱਜ ਦਾ ਵੀ ਬੰਦਾ ਦੋ ਦੇ ਨਾਲ ਸੁੱਖ ਦੀ ਘੜੀ ਗੱਲਾਂ ਹੀ ਕਰ ਲੇ ਵੱਡ ਖਾਣ ਵਾਲੇ ਵਾਂਗੂ ਪੈਂਦੇ ਐ ਤਾਂ ਮੇਰੀ ਸੱਸ ਰੋਟੀਆਂ ਪਕਾ ਦਿੰਦੀ ਆ ਭਾਂਡੇ ਮਾਂਜ ਦਿੰਦੀ ਆ ਫੇਰ ਉਹਨੇ ਤਾਂ ਸਾਰਾ ਕਰਨਾ ਪੈਂਦਾ ਚੰਗਾ ਫਿਰ ਤਾਂ ਨਹੀਂ ਕਹਿੰਦਾ ਉਹ 2 ਰੁਪਏ ਤਾਂ ਨਹੀਂ ਦਿੰਦਾ ਕੱਢ ਕੇ ਇਹ ਤਾਂ ਗੱਲ ਹੈਗੀ ਹਾਂ ਫਿਰ ਹੁਣ ਮੈਂ ਜਾਵਾਂ ਚਾ ਬਣਾ ਲੈਣੀ ਐਵੇਂ ਨਾ ਚਾਹ ਤਾਂ ਮੈਂ ਪੀ ਕੇ ਮੈਂ ਤੈਨ ਪੂਰੀ ਕੈਮ ਹੋਈ ਬੈਠੀ ਸੀ ਵੀ ਆਊਗੀ ਪ੍ਰੀਤ ਬੱਸ ਉਹਦੀ ਨਾ ਲੱਗੀਦੀ ਬਣਾਉਣਾ ਚੰਗਾ ਚਾਚੀ ਫਿਰ ਚੰਗਾ ਭਾਈ ਹੂੰ ਮੈਂ ਵੀ ਪੁੱਛਿਆ ਹੀ ਮੈਥੋਂ ਕਿਹੜਾ ਖੜਾ ਹੋਏ ਜਾਂਦਾ ਸੁਸਤੀ ਜੜੜੀ ਐ ਦੋ ਘੜੀ ਸੁਸਤੀ ਤੇ ਚਾਚੀ ਅੱਡਾ ਕੇ ਹਾਏ ਮੈਂ ਮਰ ਜਾ ਸੋਨੀਆ ਘੰਟਕ ਫਿਰ ਦੇਖਦੀਆਂ ਕੀ ਬਣਦਾ ਹੈ ਏ ਕੋਈ ਕਰੇਗਾ ਜੀ ਸਿਖਰ ਦੁਪਹਿਰੇ ਲੋਕ ਵੀ ਨਾ ਅੱਜ ਪਤਾ ਨਹੀਂ ਮੇਰੀ ਦਾਲ ਗਲੂਗੀ ਕਿਸੇ ਕੋਲੇ ਪਤਾ ਨਹੀਂ ਨਾ ਕਰੇਗਾ ਜੀ ਕੋਈ ਕੋਈ ਤਾਂ ਗੇਟ ਖੋਲ ਦੋ ਆ ਕਿਹੜਾ ਆ ਗਿਆ ਹੁਣ ਆ ਜਾ ਵੀ ਭਾਈ ਕਿਹੜਾ ਹੈ ਖੁੱਲਿਆ ਹੀ ਹੈ ਪਰ ਥੈਂਕ ਗੋਡ ਕੋਈ ਤਾਂ ਹੈਗਾ ਕਰੇ ਅ ਅ ਖੁੱਲੂਗਾ ਕਿੱਥੋਂ ਜੀ ਆ ਸਾਈਡ ਤੇ ਕਰ ਲੈ ਸਾਈਡ ਤੇ ਓਕੇ